ਚਾਰੋ ਮਾਟੋ ਕਹਿੰਦਾ ਹੈ ਧਾਰਮਿਕ ਜਗ੍ਹਾ ਦੇ ਪਾਣੀ ਦੇ ਉਹ ਸੈਲਸ ਕੋ ਕ੍ਰਿਸਟਲ ਇਹਨੇ ਤਕੜੇ ਨੇ ਕਿਸੇ ਪਲੀਤ ਪਾਣੀ ਦੇ ਕ੍ਰਿਸਟਲ ਕੋਲ ਰੱਖੋ ਤੇ ਉਹਨੂੰ ਢਾ ਲੈਂਦੇ ਨੇ ਜਿਵੇਂ ਸਰੀਰ ਦੇ ਕੈਂਸਰ ਸੈੱਲ ਰੈੱਡ ਬਲੱਡ ਸੈੱਲ ਨੂੰ ਜਿੱਤ ਲੈਣ ਤੇ ਕੈਂਸਰ ਹੁੰਦੀ ਹੈ ਇਹ ਸਾਇੰਸ ਦੀਆਂ ਗੱਲਾਂ ਨੇ ਪੜ੍ਹਿਆ ਲਿਖਿਆ ਇਹ ਇਹਨਾਂ ਦੀ ਸਮਝ 'ਚ ਹੁੰਦੀਆਂ ਨੇ ਸਰੋਵਰ ਦਾ ਪਾਣੀ ਆਮ ਨਾ ਹੁੰਦਾ ਮੁੱਕ ਦੀ ਗੱਲ ਹੈ ਦ ਹਿਡਨ ਮੈਸੇਜ ਆਫ ਦ ਵਾਟਰ ਇਹ ਕਿਤਾਬ ਹੈ ਕਦੇ ਪੜ੍ਹਿਓ ਕਹਿੰਦੇ ਮੋਲੀਕਿਊਲਰ ਜਿਹੜਾ ਸਟਰਕਚਰ ਹੈ ਹਾਈਡਰੋਜਨ ਆਕਸੀਜਨ ਤੋਂ ਬਣਿਆ ਪਾਣੀ ਜਿੱਥੇ ਚੱਲਦੀ ਹੈ ਉਹਦੇ ਸੈੱਲ ਤਕੜੇ ਹੁੰਦੇ ਨੇ ਆਪਾਂ ਕਹਿੰਦੇ ਪਾਣੀ ਪੜ੍ਹਨ ਵਾਲਾ ਬੜਾ ਅਧਿਆਤਮਕ ਤੌਰ 'ਤੇ ਅੰਦਰੂਨੀ ਤੌਰ 'ਤੇ ਤਾਕਤਵਰ ਹੁੰਦਾ ਹੈ ਇੱਦਾਂ ਹੀ ਸਰੋਵਰ ਦੀ ਬਾਤ ਹੈ ਪਾਣੀ ਦੀ ਬਾਤ ਹੈ ਉਹਦੇ ਕ੍ਰਿਸਟਲਸ ਮਾੜੇ ਪਾਣੀ ਦੇ ਕ੍ਰਿਸਟਲਸ ਨੂੰ ਢਾ ਲੈਂਦੇ ਨੇ ਜਿੱਤ ਲੈਂਦੇ ਨੇ ਪਾਣੀ ਦੇ ਨਾਲ ਪਾਣੀ ਦਾ ਪ੍ਰਤਾਪ ਵੱਧਦਾ ਹੈ ਤਾਂ ਹੀ ਤੇ ਉਹ ਜਹਾਨਕਾਂ ਵਰਗੇ ਕਹਿੰਦੇ ਵੀ ਇਹਨਾਂ ਦੇ ਵਲੀ ਮੁਰਸ਼ਦ ਨੇ ਕਲਾਮ ਪੜ੍ਹ ਕੇ ਪਾਣੀ ਅੰਮ੍ਰਿਤ ਬਣਾ ਦਿੱਤਾ ਭਾਵ ਕ੍ਰਿਸਟਲ ਉਹਦੇ ਤਕੜੇ ਹੋ ਗਏ ਮੋਲੀਕਿਊਲਰ ਸਿਸਟਮ ਸਟਰੋਂਗ ਹੋ ਗਿਆ ਸਾਇੰਸ ਮੰਨਦੀ ਹੈ ਵੀ ਬਾਣੀ ਦਾ ਪ੍ਰਤਾਪ ਹੈ ਸੋ ਕਦੇ ਵੀ ਇਹ ਨਾ ਸਮਝਿਓ ਵੀ ਇਹ ਪਾਣੀ ਆਮ ਹੈ ਆਮ ਸੀ ਪਰ ਜਦੋਂ ਬਾਣੀ ਪੜ੍ਹੀ ਗਈ ਹਰਿਮੰਦਰ ਸਾਹਿਬ ਉਹ ਆਬੇ ਹਯਾਤ ਬਣ ਗਿਆ ਐਸਾ ਆਬੇ ਹਯਾਤ ਦਾ ਸਰੋਵਰ ਜਿਹਦੀ ਬੇਅਦਬੀ ਦਾ ਬਦਲਾ ਲੈਣ ਲਈ ਬਾਪੂ ਇੱਥੇ ਜਹਾਨ ਖਾਨ ਨਾਲ ਟਕਰਾਇਆ